ਅਸਲਾਮ ਵਾਲੇਕੁਮ ਜੀ, ਕੀ ਹਾਲ ਹੈ? ਠੀਕ ਠਾਕ ਹੋ? ਰੱਬ ਸੋਹਣੇ ਅੱਗੇ ਦੁਆ ਹੈ ਕਿ ਦੁਨੀਆਂ ਦੇ ਜਿਸ ਜਿਸ ਕੋਨੇ 'ਚ ਵੱਸਦੇ ਪਏ ਹੋ ਤੁਹਾਨੂੰ ਖੁਸ਼ ਅਤੇ ਖੁਰਮ ਰੱਖੇ। ਆਪਣਾ ਅਤੇ ਆਪਣੇ ਪਿਆਰਿਆਂ ਦਾ ਖਾਸ ਖਿਆਲ ਰੱਖਿਆ ਕਰੋ। ਉਹਨਾਂ ਰਿਸ਼ਤਿਆਂ ਦਾ ਖਾਸ ਇਹਤਰਾਮ ਕਰਿਆ ਕਰੋ ਜਿਹੜੇ ਰੱਬ ਸੋਹਣੇ ਨੇ ਤੁਹਾਨੂੰ ਇੱਥੇ ਦੁਨੀਆਂ 'ਚ ਆਟੋਮੈਟਿਕ ਦਿੱਤੇ ਨੇ। ਉਹ ਕਿਹੜੇ ਰਿਸ਼ਤੇ ਨੇ? ਤੁਹਾਡਾ ਕੋਈ ਮਾਮਾ ਹੈ, ਤੁਸੀਂ ਚਾਹੋ ਜਾਂ ਨਾ ਚਾਹੋ ਮਾਮਾ ਬਦਲੀ ਨਹੀਂ ਹੋ ਸਕਦਾ। ਠੀਕ ਹੈ, ਤੁਹਾਡੀ ਮਾਸੀ ਹੈ, ਤੁਹਾਡੇ ਕਹਿਣ ਜਾਂ ਨਾ ਕਹਿਣ ਨਾਲ ਮਾਸੀ ਮਾਸੀ ਨਹੀਂ ਰਹਿਣੀ ਹੈ, ਉਹਨੇ ਕੋਈ ਫਰਕ ਨਹੀਂ ਪੈਣਾ। ਮੈਂ ਜਨਾਬ ਚੌਧਰੀ ਬਸ਼ੀਰ, ਪਿੰਡ ਬਸ ਰਹੀ ਹਾਂ, ਤਹਿਸੀਲ ਖਾ ਰਹੀ ਹਾਂ ਅਤੇ ਜ਼ਿਲ੍ਹਾ ਗੁਜਰਾਤ। ਆਪਣੇ ਰਿਸ਼ਤਿਆਂ ਦਾ ਖਾਸ ਇਹਤਰਾਮ ਕਰਿਆ ਕਰੋ। ਰੱਬ ਦੇ ਦਿੱਤੇ ਹੋਏ ਰਿਸ਼ਤੇ ਜਿਹੜੇ ਨੇ ਨਾ, ਮਸਲਨ ਮੈਂ ਪੈਦਾ ਹੋਇਆ ਅਤੇ ਮੇਰੇ ਮਾਮੇ ਸਨ ਮਸਲਨ ਚਾਰ, ਮੈਂ ਵਿੱਚੋਂ ਅਗਰ ਇੱਕ ਮਾਮੇ ਨੂੰ ਨਾ ਵੀ ਨਾ ਮੰਨਾਂ ਤਾਂ ਮੇਰੇ ਮੰਨਣ ਨਾਲ ਫਰਕ ਨਹੀਂ ਪੈਂਦਾ। ਠੀਕ ਹੈ, ਮੇਰੇ ਮੰਨਣ ਨਾਲ ਉਹ ਬੰਦਾ ਮਤਲਬ ਦੁਨੀਆ ਸਾਰੀ ਨੇ ਉਹਨੂੰ ਮੇਰਾ ਹੀ ਮਾਮਾ ਕਹਿਣਾ। ਠੀਕ ਹੈ, ਮੇਰਾ ਭਾਈ ਹੈ, ਰੱਬ ਨੇ ਬਣਾ ਛੱਡਿਆ ਉਹਨੂੰ ਮੇਰਾ ਭਾਈ, ਭਾਵੇਂ ਉਹ ਚੰਗਾ ਅਤੇ ਭਾਵੇਂ ਮਾੜਾ। ਮੈਂ ਪਿਆ ਆਖਾਂ ਨਾ ਮੈਂ ਤੈਨੂੰ ਨਹੀਂ ਮੰਨਦਾ। ਠੀਕ ਹੈ, ਲੇਕਿਨ ਉਹ ਮੇਰਾ ਭਰਾ ਹੈ। ਠੀਕ ਹੈ, ਤੁਹਾਡੀ ਭੈਣ ਹੈ, ਤੁਹਾਡੀ ਮਾਸੀ ਹੈ, ਤੁਹਾਡੀ ਭੂਆ ਹੈ, ਇਹ ਐਸੇ ਰਿਸ਼ਤੇ ਨੇ ਜਿਹੜੇ ਰੱਬ ਸੋਹਣੇ ਨੇ ਤੁਹਾਨੂੰ ਦਿੱਤੇ ਨੇ। ਇਹ ਇੱਕ ਗਿਫਟ ਨੇ ਖੁਦਾ ਦੀ ਤਰਫੋਂ ਤੁਹਾਡੇ ਵਾਸਤੇ। ਠੀਕ ਹੈ, ਅਤੇ ਉਹਨਾਂ ਰਿਸ਼ਤਿਆਂ ਦਾ ਇਹਤਰਾਮ ਕਰਿਆ ਕਰੋ, ਉਹਨਾਂ ਰਿਸ਼ਤਿਆਂ ਦੇ ਵਿੱਚ ਪਿਆਰ ਢੂੰਡਿਆ ਕਰੋ, ਬਜਾਏ ਇਸ ਦੇ ਕਿ ਮੈਂ ਵਿੱਚ ਢੂੰਡਣ ਲੱਗ ਪਓ, ਮੈਂ ਨਾ ਢੂੰਡਿਆ ਕਰੋ। ਮੈਂ ਜਿਹੜੀ ਇਹ ਧੂੜ ਘੱਟ ਛੱਡਦੀ ਕਿਸੇ ਸ਼ਾਇਦ ਦੀ ਵੀ, ਜਿਸ ਵੇਲੇ ਮੈਂ 'ਤੇ ਗੱਲ ਆਵੇ ਨਾ ਤਾਂ ਫਿਰ ਗੱਲ ਖਤਮ ਹੋ ਜਾਂਦੀ ਹੈ। ਮੈਂ ਨਾ ਆਵਣ ਦੇਵਿਆ ਕਰੋ, ਕੋਸ਼ਿਸ਼ ਕਰਿਆ ਕਰੋ, ਤੁਹਾਡੇ ਅੰਦਰ ਜਿਤਨੀ ਜ਼ਿਆਦਾ ਲਚਕ ਪੈਦਾ ਹੋ ਸਕੇ ਉਨੀ ਲਚਕ ਪੈਦਾ ਕਰਿਆ ਕਰੋ। ਸੱਜਣਾ ਨਾਲ ਮਸਲ ਸੱਜਣਾ ਦੀ ਥਾਂ 'ਤੇ ਕਸਰਾਂ ਖਾਇਆ ਕਰੋ। ਠੀਕ ਹੈ, ਤੁਹਾਡੀ ਕਸਰ ਖਾਣ ਨਾਲ ਅਗਰ ਕੋਈ ਦੂਜਾ ਰਾਜ਼ੀ ਹੁੰਦਾ ਤਾਂ ਉਹਨੂੰ ਰਾਜ਼ੀ ਕਰ ਲਿਆ ਕਰੋ। ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿੱਥੇ ਜਾ ਕੇ ਮੁੱਕ ਜਾਣੀ ਹੈ, ਫਿਰ ਬਾਅਦ ਹੀ ਜਾ ਕੇ ਜੱਫੇ ਵੇ ਮਾਰਨੇ ਨੇ, ਬਾਅਦ ਹੀ ਜਾ ਕੇ ਰੌਲੇ ਪੇ ਪਾਉਣੇ ਨੇ। ਉਸ ਰੌਲਾ ਪਾਉਣ ਦਾ ਕੀ ਫਾਇਦਾ ਹੋਇਆ ਜੇ ਜਿਸਲੇ ਉਹ ਕਿਸੇ ਆਖਿਆ ਵਿਕਣ ਕਮਾਦ ਆਇਆ, ਵੇਲਾ ਹੱਥੋਂ ਗੁਜ਼ਰ ਗਿਆ, ਪਿੱਛੋਂ ਸੱਜਣਾ ਨੂੰ ਯਾਦ ਆਇਆ। ਜਿਸਲੇ ਟਾਈਮ ਲੰਘ ਜਾਣਾ, ਪਿੱਛੋਂ ਜਾ ਕੇ ਬਿੰਦੀਆਂ ਨੂੰ ਜੱਫੇ ਮਾਰ ਮਾਰ ਕੇ ਪਿਆ ਖੋ, ਉਹ ਮਾਮੇ ਦਿਆ ਪੁੱਤਰਾ, ਉਹ ਚਾਚੇ ਦਿਆ ਪੁੱਤਰਾ, ਫਲਾਣਿਆ ਅਤੇ ਯੇ ਅਤੇ ਵੋ ਹੈ, ਉਹ ਮੇਰਿਆ ਫਲਾਣਿਆ, ਉਹ ਉਸ ਵੇਲੇ ਫਾਇਦਾ ਕੋਈ ਨਹੀਂ। ਜਿਵਦਿਆਂ ਮਿਲੋ ਜਾ ਕੇ, ਅਮੀਆਂ ਸਾਹਿਬ ਨੇ ਆਖਿਆ ਜਨਾ ਆ ਸੱਜਣਾ ਗਲ ਲੱਗ ਮਿਲੀਏ ਅਤੇ ਜਿਵਦਿਆਂ ਇੱਕ ਵਾਰੀ, ਅਤੇ ਮਰ ਗਿਆ ਮੇਰੀ ਕਬਰ 'ਤੇ ਆਇਓ ਅਤੇ ਫਿਰ ਆਵਣ ਕਿਸ ਕਾਰੀ। ਠੀਕ ਹੈ, ਫਿਰ ਉੱਥੇ ਕੀ ਕੰਮ ਹੋਵੇਗਾ, ਕੀ ਫਾਇਦਾ ਹੋਵੇਗਾ ਤੁਹਾਡੇ ਜਾਣ ਦਾ? ਠੀਕ ਹੈ, ਨਿੱਕੀਆਂ ਨਿੱਕੀਆਂ ਗੱਲਾਂ 'ਤੇ ਪੰਡੀਆਂ ਨਾ ਪਾਇਆ ਕਰੋ। ਜ਼ਮੀਨਾਂ ਤੁਹਾਡੇ ਕੋਲ ਕਿਤਨੀ ਜ਼ਮੀਨ ਹੈ? ਕਿਸੇ ਕੋਲ 2 ਵਿਘੇ ਹੋਵੇ ਦੀ, ਕਿਸੇ ਕੋਲ 4-5 ਕਿੱਲੇ ਹੋਵੇ ਦੀ, 10 ਕਿੱਲੇ ਹੋਵੇ ਦੀ, ਇੰਨੀਆਂ ਇੰਨੀਆਂ ਜ਼ਮੀਨਾਂ ਦੇ ਮਾਲਕ ਛੱਡ ਕੇ ਟੁਰ ਗਏ ਨੇ, ਕਿਸੇ ਨਾਲ ਖੜੀ ਹੈ? ਜੇ ਤਾਂ ਕਿਸੇ ਖੜੀ ਹੈ ਤਾਂ ਤੁਸੀਂ ਵੀ ਪੱਕੀ ਥੰਮ ਕੇ ਰੱਖੋ ਉਸ। ਜੇ ਤੁਹਾਡੀ 2 ਮਰਲੇ ਦੇਣ ਨਾਲ ਲਾਲਾ ਰਾਜ਼ੀ ਹੋ ਜਾਂਦਾ ਤਾਂ ਭੈੜੇ ਉਹ ਕੀ ਫਰਕ ਪੈਂਦਾ ਹੋਏ? ਕੋਈ ਫਰਕ ਨਹੀਂ ਪੈਂਦਾ, ਖੁਦਾ ਦੀ ਕਿਸਮ। ਲਾਲਾ ਰਾਜ਼ੀ ਹੋ ਜੇ, ਬੇਬੇ ਦਾ ਜਾਇਆ, ਮਾਂ ਪਿਓ ਜਾਇਆ, ਨਿੱਕਿਆਂ ਹੁੰਦਿਆਂ ਇਕੱਠੇ ਖੇਡਦੇ ਰਹੇ ਹੋ, ਸਾਰੇ ਕੰਮ ਇਕੱਠੇ ਕਰਦੇ ਰਹੇ ਹੋ, ਭੈੜੇ ਉਹਦੇ ਨਾਲ ਰੇਂਜ ਹੋਏ ਹੋ, ਉਹਦੇ ਨਾਲ ਨਾਰਾਜ਼ਗੀ ਬਣਾਈ ਦੇ, ਭੈਣਾਂ ਨਾਲ ਰੇਂਜ ਹੋਏ ਹੋ, ਭੈਣਾਂ ਜਿਹਾ ਰਿਸ਼ਤਾ ਕੋਈ ਨਹੀਂ ਜੋੜਦਾ। ਬੜਾ ਹੀ ਠੰਡਾ ਦਾ ਰਿਸ਼ਤਾ ਜਿਹੜਾ ਭੈਣ ਦਾ ਰਿਸ਼ਤਾ ਹੈ। ਠੀਕ ਹੈ, ਭੈਣ ਜਿਹੜੀ ਹੈ ਨਾ, ਮਾਂ ਦਾ ਨਿਮਲ ਬਦਲ ਹੁੰਦੀ ਹੈ। ਠੀਕ ਹੈ, ਅੱਛਾ, ਅਤੇ ਮੈਂ ਦੱਸਣਾ, ਵਾਲਦ ਹੋ ਗਿਆ, ਵਾਲਦਾ ਹੋ ਗਈ, ਭੈਣ ਹੋ ਗਈ, ਭਰਾ ਹੋ ਗਏ, ਚਾਚਾ ਹੋ ਗਿਆ, ਮਾਮਾ ਹੋ ਗਿਆ, ਜਿੰਨੇ ਵੀ ਰਿਸ਼ਤੇ ਹਨ, ਕੋਸ਼ਿਸ਼ ਕਰਿਆ ਕਰੋ ਕਿ ਤੁਹਾਡੇ ਵੱਲੋਂ ਰਿਸ਼ਤੇ ਨੂੰ ਕੋਈ ਠੇਸ ਨਾ ਪਹੁੰਚੇ। ਅੱਗੋਂ ਅਗਲਾ ਕੀ ਕਰਦਾ ਪਿਆ? ਦੇਖੋ ਨਾ, ਇੱਕ ਬਜ਼ੁਰਗ ਸਨ ਅਤੇ ਠੂਹਾਂ ਰੁੜਦਾ ਜਾਂਦਾ ਸੀ ਪਿਆ ਪਾਣੀ 'ਚ, ਅਤੇ ਉਹਨਾਂ ਹੱਥ ਅੱਗੇ ਕਰਕੇ ਨਾ ਠੂਹੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਅੱਛਾ, ਜਿਸ ਠੂਹਾਂ ਪਾਣੀ 'ਚੋਂ ਬਾਹਰ ਆਇਆ ਨਾ ਥੋੜ੍ਹਾ ਜਿਹਾ, ਮਤਲਬ ਹੱਥ 'ਚ ਪਾਣੀ ਖਤਮ ਹੋ ਗਿਆ, ਠੂਹੇ ਨੇ ਸਿੱਧਾ ਜਨਾਬ ਹੱਥ ਦੇ ਉੱਤੇ ਡੰਗ ਕੱਢ ਮਾਰਿਆ। ਬਜ਼ੁਰਗਾਂ ਨੇ ਜਨਾਬ ਤੜਪੇ ਨਾ, ਫਿਰ ਠੂਹਾਂ ਵਿੱਚ ਟੈ ਪਿਆ, ਥੋੜ੍ਹੀ ਜਿਹਾ ਅੱਗੇ ਜਾ ਕੇ ਹੱਥ ਫਿਰ ਅੱਗੇ ਕੀਤਾ, ਫਿਰ ਉਹਨੂੰ ਠੂਹੇ ਨੂੰ ਬਾਹਰ ਕੱਢਿਆ। ਅੱਛਾ, ਜਿਸ ਫਿਰ ਠੂਹਾਂ ਖੁਸ਼ਕ ਹੋਈ ਨਾ, ਤਲੀ ਖੁਸ਼ਕ ਹੋਈ, ਪਾਣੀ ਖਤਮ ਹੋਇਆ ਤਲੀ 'ਚੋਂ, ਠੂਹੇ ਨੇ ਫਿਰ ਡੰਗ ਮਾਰਿਆ। ਬਜ਼ੁਰਗ ਫਿਰ ਤੜਪੇ, ਫਿਰ ਠੂਹਾਂ ਵਿੱਚ ਸੱਟ ਲਿਆ, 3-4 ਵਾਰੀ ਇੰਜ ਹੋਇਆ। ਜਿਸਲੇ ਇੰਜ ਹੋਇਆ ਤਾਂ ਕੋਈ ਬੰਦਾ ਦੇਖਦਾ ਸੀ ਪਿਆ, ਉਹਨੇ ਆਖਿਆ ਅੱਲਾ ਦੇ ਨੇਕ ਬੰਦੇ ਆ, ਛੱਡ ਸੂ ਪਰਾਂ, ਡੁੱਬਣ ਦੇ ਸੂ, ਟੈਨਸ਼ਨ ਕਾਹਾਂ ਦੀ ਹੈ, ਤੂੰ ਬਾਰ ਬਾਰ ਨੇਕੀ ਕਰਨਾ, ਉਹ ਬਾਰ ਬਾਰ ਬਦੀ ਕਰ, ਛੱਡ ਸੂ, ਡੁੱਬ ਜਾਣ ਦੇ, ਮੁੱਕ ਜੇ ਕੰਮ। ਬਾਬੇ ਨਾਲ ਨੇ ਆਖਿਆ, ਉਹਨੇ ਕਿਹਾ ਬਈ ਮੇਰਾ ਕੰਮ ਚੰਗਾ ਹੈ, ਉਹਦਾ ਭੈੜਾ ਹੈ, ਉਹ ਆਪਣਾ ਭੈੜਾ ਨਹੀਂ ਛੱਡਦਾ ਪਿਆ, ਉਹ ਆਪਣਾ ਭੈੜਾ ਨਹੀਂ ਛੱਡਦਾ ਪਿਆ, ਅਤੇ ਮੈਂ ਆਪਣਾ ਚੰਗਾ ਕਿਉਂ ਛੱਡਾਂ? ਸਰ ਜੀ, ਤੁਸੀਂ ਆਪਣਾ ਚੰਗਾ ਨਾ ਛੱਡੋ, ਅਗਲੇ ਦਾ ਭੈੜਾ ਤਾਂ ਉਹ ਜਾਣੇ, ਤਾਂ ਉਹਦੀ ਕਿਸਮਤ ਜਾਣੇ, ਤਾਂ ਉਹਦਾ ਰੱਬ ਜਾਣੇ। ਸਹੀ ਹੈ, ਤੁਸੀਂ ਆਪਣੇ ਵੱਲ ਵਫਾ ਕਰੋ, ਆਪਣੇ ਵੱਲੋਂ ਮਹਿਸੂਸ ਨਾ ਹੋਣ ਦਿਓ ਉਹਨੂੰ। ਠੀਕ ਹੈ, ਜ਼ਿਆਦਤੀ ਕਰਦਾ ਪਿਆ ਤਾਂ ਵੀ ਆਖੋ ਬਿਸਮਿਲਲਾ, ਸਦਕੇ ਜਾਂ ਤੇਰੇ ਮੈਂ ਜਣਿਆ। ਠੀਕ ਹੈ, ਅਵੇਦਾ ਕੀ ਹੈ? ਚਲੋ ਫਰਜ਼ ਕਰ ਲਓ
ਗੱਲ ਔਖੀ ਹੋ ਕੇ ਤੁਹਾਡੇ ਨਾਲ ਕੀਤੀ ਸੀ, ਤੁਹਾਨੂੰ ਇੱਕ ਗਾਲ ਹੀ ਕੱਢ ਛੱਡੀ ਸੀ, ਤੁਹਾਨੂੰ ਕੋਈ ਇਹੋ ਜਿਹਾ ਗੱਲ ਆਖੀ ਸੀ, ਤੁਹਾਡੇ ਮੁੰਡੇ ਦੀ ਸਾਲਗਿਰਾ ਸੀ ਉੱਥੇ ਨਹੀਂ ਆਇਆ, ਤੁਹਾਡੀ ਕੁੜੀ ਦੀ ਸਾਲਗਿਰਾ ਸੀ ਉੱਥੇ ਨਹੀਂ ਆਇਆ, ਤੁਹਾਡੇ ਮੁੰਡੇ ਦਾ ਵਿਆਹ ਸੀ ਉੱਥੇ ਨਹੀਂ ਆਇਆ। ਸਰ ਜੀ ਦੱਸਿਆ ਨਾ ਮੈਂ ਕਿ ਰਿਸ਼ਤੇ ਰੱਬ ਦਿੰਦਾ, ਇਹ ਜਿਹੜੇ ਰਿਸ਼ਤੇ ਜੇ ਨਾ ਜਿਹੜੇ ਰਿਸ਼ਤੇ ਸਾਡੇ ਕੋਲ ਹੁੰਦੇ ਨੇ, ਇਹ ਮਸਲਨ ਨਹੀਂ ਲੱਭਦੇ, ਉਸ ਬੰਦੇ ਕੋਲ ਪੁੱਛੋ ਜਿਹਦਾ ਭਰਾ ਕੋ ਨਹੀਂ, ਠੀਕ ਹੈ, ਉਹਨੂੰ ਆਖੋ ਜਾਂ ਲਾਲਾ ਲੈ ਕੇ ਆ ਕਰਿਓ, ਠੀਕ ਹੈ, ਜਾਂ ਕਿ ਲਾਲਾ ਢੂੰਡ ਕੇ ਲਿਆ ਕਿਸੇ ਪੱਲਿਓ, ਲਾਲੇ ਨਹੀਂ ਲੱਭਦੇ ਕਈ, ਠੀਕ ਹੈ। ਜਿੱਥੇ ਲਾਲੇ ਖਿਲਾਉਣੇ ਹੁੰਦੇ ਨੇ ਨਾ ਉੱਥੇ ਦੁਨੀਆਂ ਦੀ ਕੋਈ ਸ਼ੈ ਨਹੀਂ ਖਿਲਾਉਣ ਲੱਗੀ ਜਨਾਬ। ਅਦਰ ਯੂਸਫ ਅਲੈਹ ਸਲਾਮ ਦਾ ਵਾਕਿਆ ਤੁਹਾਨੂੰ ਮੈਂ ਸੁਣਾਉਂਦਾ, ਯੂਸਫ ਅਲੈਹ ਸਲਾਮ ਜਿਹੜੇ ਬਿਨਿਆ ਮੀਨ ਉਰੀ ਆਏ ਨਾ ਉੱਥੋਂ ਆਪਣਾ ਕੀ ਕਹਿੰਦੇ ਨੇ ਮਿਸਰ ਛੂ, ਅਦਰ ਯੂਸਫ ਅਲੈਹ ਸਲਾਮ ਸੂਰੀਆ ਤੋਂ ਆਏ ਮਿਸਰ 'ਚ, ਅਦਰ ਯੂਸਫ ਅਲੈਹ ਸਲਾਮ ਕੋਲ ਦਾਣੇ ਲੈਣ ਵਾਸਤੇ, ਅਤੇ 11 ਭਰਾ ਸਨ ਉਹ, 10 ਦੂਜੇ ਦੂਜੀ ਮਾਂ ਵਿੱਚ, ਅਤੇ 11ਵਾਂ ਬਿਨਿਆ ਮੀਨ ਜਿਹੜਾ ਯੂਸਫ ਅਲੈਹ ਸਲਾਮ ਦਾ ਭਰਾ ਸੀ, ਅਤੇ ਉਹ ਜਿਸ ਵੇਲੇ ਅਦਰ ਯੂਸਫ ਅਲੈਹ ਸਲਾਮ ਨੇ ਆਖਿਆ ਵੀ ਜੋੜਾ ਜੋੜਾ ਹੋ ਕੇ ਰੋਟੀ ਖਾਣੀ ਜੇ, ਇਕੱਲਿਆਂ ਇਕੱਲਿਆਂ ਰੋਟੀ ਨਹੀਂ ਖਾਣੀ, ਦੋ ਦੋ ਹੋ ਕੇ ਸਾਰੇ ਦੋ ਦੋ ਹੋ ਕੇ ਬਹਿ ਗਏ, ਅਤੇ ਬਿਨਿਆ ਮੀਨ ਇਕੱਲਾ ਰਹਿ ਗਿਆ, ਅਤੇ ਅਦਰ ਯੂਸਫ ਬਿਨਿਆ ਮੀਨ ਦੇ ਕੋਲ ਜਾ ਕੇ ਉਹਨੂੰ ਕਹਿੰਦੇ ਨੇ ਬਈ ਬਿਨਿਆ ਮੀਨ ਜੇ ਤੂੰ ਆਖੇ, ਦੇਖੋ ਨਾ ਮਰਜ਼ੀ ਤਾਂ ਤੇਰੀ ਹੈ ਨਾ, ਆਖਿਆ ਤੇਰੀ ਮਰਜ਼ੀ ਹੈ, ਜੇ ਤੂੰ ਆਖੇ ਤਾਂ ਮੈਂ ਤੇਰਾ ਭਰਾ ਨਾ ਬਣ ਜਾ, ਅਤੇ ਅਸੀਂ ਦੋਵੇਂ ਵੀ ਰਲ ਕੇ ਰੋਟੀ ਖਾ ਲਈਏ ਤਾਂ ਕਿ ਤੂੰ ਭੁੱਖਾ ਨਾ ਰਵੇਂ। ਅਤੇ ਲਿਖਣ ਵਾਲਾ ਲਿਖਦਾ ਉੱਥੇ ਕਿ ਬਾਜੂ ਮਾਂ ਪਿਓ ਜਾਇਆ, ਬਿਨਿਆਮੀਨ ਕਹਿੰਦਾ ਕਿ ਬਾਜੂ ਮਾਂ ਪਿਓ ਜਾਇਆ ਕਦ ਬਣ ਜਾਂਦੇ ਨੇ ਭਾਈ, ਦਿਲਾਂ ਦੇ ਤਾਰ ਦਿਲਾਂ ਨੂੰ ਫੜਦੇ, ਭੁੱਲੀ ਫਿਰੇ ਲੁਕਾਈ, ਅਤੇ ਲੱਖ ਮੁਹੱਬਤ ਕਰੇ ਬਗਾਨਾ, ਲੱਖ ਮੁਹੱਬਤ ਕਰੇ ਬਗਾਨਾ, ਅਤੇ ਦੌਲਤ ਇੱਜ਼ਤ ਦੇਸੀ ਪਰ ਭਾਈਆਂ ਵਾਂਗ ਕਦੇ ਨਾ ਸੀ, ਜਦ ਕਦ ਕੰਡ ਕਰੇ ਸੀ। ਸਰ ਜੀ ਜਿੰਨੀ ਤਕਲੀਫ ਭਰਾ ਨੂੰ ਹੋਣੀ ਜਿੰਨਾ ਕਿਸੇ ਨੂੰ ਨਹੀਂ ਜੇ ਹੋਣੀ, ਕਸਮ ਰੱਬ ਦੀ, ਖੂਨ ਹੈ ਨਾ, ਜੋ ਮਰਜ਼ੀ ਪਿਆ ਆਵੇ ਖੂਨ ਇਸ ਖੂਨ ਨੂੰ ਜੋਸ਼ ਮਾਰੋ ਰਹਿੰਦਾ ਹੀ ਨਹੀਂ, ਪਿਆ ਕੇ ਹਾਂ ਜਾ ਜੋ ਮਰਜ਼ੀ ਪਿਆ ਕੇ, ਮੈਂ ਨਹੀਂ ਮੰਨਦਾ ਤੂੰ ਮੇਰਾ ਭਰਾ ਹੈ। ਤਕਲੀਫ ਜਿਸ ਹੋਣੀ ਹੈ ਨਾ ਸਭ ਤੋਂ ਪਹਿਲਾਂ ਉਹਨੂੰ ਟੈਨਸ਼ਨ ਬਣਨੀ ਹੈ, ਠੀਕ ਹੈ। ਕੁਝ ਰਿਸ਼ਤੇ ਐਸੇ ਹੁੰਦੇ ਨੇ ਦੁਨੀਆਂ 'ਤੇ ਜਿਹੜੇ ਫਿਰ ਲੱਭ ਜਾਂਦੇ ਨੇ, ਜਨਾਨੀ ਇੱਕ ਚਾਹੁੰਦੀ ਦੀ ਦੂਜੀ ਲੱਭ ਜੇ, ਇੱਕ ਛੱਡੀ ਤਲਾਕ ਦਿੱਤੀ ਦੂਜੀ ਲੱਭ ਜੇ ਦੀ। ਮੇਰਾ ਕਹਿਣ ਦਾ ਮਤਲਬ ਹੈ ਨਹੀਂ ਮੈਂ ਛੱਡ ਦਿਉ, ਇਹ ਵੀ ਇੱਕ ਬੜਾ ਪਿਆਰਾ ਰਿਸ਼ਤਾ ਹੁੰਦਾ ਬੀਵੀ ਦਾ ਵੀ, ਲੇਕਿਨ ਮੈਂ ਇੱਕ ਗੱਲ ਕਰਨਾ ਪਿਆ ਕਿ ਇਹ ਰਿਸ਼ਤਾ ਤੁਸੀਂ ਛੱਡ ਸਕਦੇ ਹੋ, ਲੇਕਿਨ ਤੁਸੀਂ ਆਖੋ ਮਾਮੇ ਨੂੰ ਛੱਡਦਾ, ਮਾਸੀ ਨੂੰ ਛੱਡਦਾ, ਭੂਆ ਨੂੰ ਛੱਡਦਾ, ਚਾਚੇ ਨੂੰ ਛੱਡਦਾ, ਉਹਨਾਂ ਦੀ ਜਿਹੜੇ ਇਹ ਰਿਸ਼ਤੇ ਨੇ ਨਾ ਇਹਨਾਂ ਦੀ ਥਾਂ 'ਤੇ ਕਸਰਾਂ ਖਾਇਆ ਕਰੋ, ਠੀਕ ਹੈ। ਅਤੇ ਫਿਰ ਫਰਕ ਹੈ, ਅੱਜ ਕੱਲ੍ਹ ਪੈਸੇ ਦਾ ਥੋੜ੍ਹਾ ਬਹੁਤ ਫਰਕ ਹੁੰਦਾ ਹੈ। ਮੀਆਂ ਸਾਹਿਬ ਆਖਿਆ ਬਈ ਸ਼ੇਰ ਫਿਰ ਇੱਕ ਮੀਆਂ ਸਾਹਿਬ ਦਾ ਮੈਨੂੰ ਬੜਾ ਪਸੰਦ ਹੈ ਸੈਫਲ ਮਲੁੱਕ, ਮੀਆਂ ਸਾਹਿਬ ਆਖੀ ਮੀਆਂ ਸਾਹਿਬ ਨੇ ਆਖਿਆ ਬਈ ਮਾੜਿਆਂ ਨਾਲ ਤਾਂ ਨਿਭ ਜਾਂਦੀ ਹੈ, ਮਾੜਿਆਂ ਨਾਲ ਤਾਂ ਨਿਭ ਜਾਂਦੀ ਹੈ, ਅਤੇ ਜੇਕਰ ਆਪ ਨਿਭਾਈਏ ਤਾਂ ਤਗੜਿਆਂ ਨਾਲ ਨਿਭਦੀ ਨਹੀਂ, ਅਤੇ ਜੇ ਕਸਰਾਂ ਨਾ ਖਾਈਏ। ਜਿਸਲੇ ਮਾੜਾ ਬੰਦਾ ਹੋਵੇ ਤਾਂ ਦੂਜੀ ਪਾਰਟੀ ਤਗੜੀ ਹੋਵੇ ਨਾ, ਭਾਵੇਂ ਸੱਕਾ ਭਰਾ ਹੀ ਹੈ, ਤਾਂ ਉੱਥੇ ਮਾੜੀ ਚੰਗੀ ਕਸਰ ਖਾਣੀ ਪੈਂਦੀ ਹੈ, ਤਾਂ ਨਿਭਦੀ ਹੈ, ਤਾਂ ਚਾ ਸਮਝਦੀ ਹੈ, ਠੀਕ ਹੈ। ਸਰ ਜੀ ਨਿਭਾਉਣ ਵਾਸਤੇ ਕਸਰਾਂ ਖਾਇਆ ਕਰੋ, ਮਾੜੀ ਚੰਗੀ ਬਰਦਾਸ਼ਤ ਕਰਿਆ ਕਰੋ। ਜ਼ਿੰਦਗੀ ਮੈਂ ਕਹਿੰਦਾ ਨਾ ਰੋਜ਼ ਕਹਿੰਦਾ ਇਹ ਗੱਲ ਕਿ ਆਪਣੇ ਅਤੇ ਆਪਣੇ ਪਿਆਰਿਆਂ ਦਾ ਖਾਸ ਖਿਆਲ ਰੱਖ। ਅੱਛਾ ਪਿਆਰਿਆਂ ਤੋਂ ਮੁਰਾਦ ਜਨਾਨੀ ਨਹੀਂ, ਨਾ ਨਾ ਨਾ, ਪਿਆਰਿਆਂ 'ਚ ਤੁਹਾਡੀ ਭੈਣ ਵੀ ਆਉਂਦੀ ਹੈ, ਪਿਆਰਿਆਂ 'ਚ ਤੁਹਾਡੀ ਮਾਂ ਵੀ ਆਉਂਦੀ ਹੈ, ਪਿਆਰਿਆਂ 'ਚ ਤੁਹਾਡਾ ਵਾਲਦ ਵੀ ਆਉਂਦਾ ਹੈ, ਸਾਰੇ ਪਿਆਰੇ ਨੇ, ਉਹ ਤੁਹਾਡੇ ਰਿਸ਼ਤੇ ਐਸੇ ਨੇ। ਮੈਂ ਕਿਹਾ ਆਪਣਾ ਅਤੇ ਆਪਣੇ ਪਿਆਰਿਆਂ ਦਾ ਖਾਸ ਖਿਆਲ ਰੱਖਿਆ ਕਰੋ, ਕਿਉਂ ਇਹਦਾ ਨਾ ਹੀ ਜ਼ਿੰਦਗੀ ਹੈ, ਠੀਕ ਹੈ। ਅਤੇ ਸਰ ਜੀ ਅੱਜ ਦੀਆਂ ਗੱਲਾਂ ਜਿਹੜੀਆਂ ਨੇ ਇਹ ਮੇਰੇ ਦਿਲ 'ਚੋਂ ਨਿਕਲਦੀਆਂ ਸਨ ਪਈਆਂ, ਕੋਈ ਦਿਲ ਸੀ ਕਿ ਤੁਹਾਡੇ ਨਾਲ ਦਿਲ ਦੀ ਜਿਹੜੀ ਪੜਾਸ ਹੈ ਨਾ ਉਹਨੂੰ ਮੈਂ ਸਾਂਝਿਆ ਕਰਾਂ, ਠੀਕ ਹੈ। ਕੁਝ ਐਸੀਆਂ ਗੱਲਾਂ ਤੁਹਾਨੂੰ ਦੱਸਾਂ ਕਿ ਜਿਹੜੀਆਂ ਸਾਡੇ 'ਚ ਬੜੀਆਂ ਘੱਟ ਹੋ ਗਈਆਂ ਨੇ, ਅਸੀਂ ਜਿਹੜੀਆਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਸਰ ਜੀ ਵਫਾ ਦੇ ਬਦਲੇ ਵਫਾ ਨਹੀਂ ਮਿਲਦੀ, ਠੀਕ ਹੈ। ਤੁਸੀਂ ਵਫਾ ਕਰਦੇ ਹੋ ਨਾ ਬੇ, ਤੁਹਾਨੂੰ ਬਦਲੇ 'ਚ ਵਫਾ ਨਹੀਂ ਲੱਭਦੀ, ਰੱਬ ਸੁਣ ਦੀ ਜ਼ਾਤ 'ਤੇ ਵੇਖਦੀ ਹੈ ਨਾ ਵੀ, ਅੱਲਾਹ 'ਤੇ ਵੇਖਦਾ ਨਾ ਪਿਆ ਕਿ ਮੇਰਾ ਬੰਦਾ ਜਿਹੜਾ ਇੱਕ ਅੱਛਾ ਕਿੱਡੇ ਚੰਗੇ ਕੰਮ ਕਰਦਾ ਪਿਆ, ਠੀਕ ਹੈ। ਅਤੇ ਤੁਸੀਂ ਸਿਲਾ ਕਿਹਦੇ ਕੋਲੋਂ ਚਾਹੁੰਦੇ ਹੋ? ਤੁਸੀਂ ਚੰਗਾ ਕੰਮ ਕਰਦੇ ਹੋ ਤਾਂ ਤੁਸੀਂ ਸਿਲਾ ਕਿਹਦੇ ਕੋਲ ਮੰਗਦੇ ਪਿਓ? ਤੁਸੀਂ ਸਿਲਾ ਮੰਗਦੇ ਹੋ ਪਏ ਬੰਦੇ ਕੋਲੋਂ, ਬੰਦੇ ਨੇ ਤੁਹਾਨੂੰ ਕੀ ਦੇਣਾ? ਬੰਦੇ ਨੇ ਕੀ ਦੇਣਾ? ਬੰਦੇ ਦੇ ਵਾਸਤੇ ਤਾਂ ਵੀ ਸ਼ਾਮੀ ਤੁਹਾਨੂੰ ਰੋਟੀ ਵੀ ਨਾ ਖਾਣ ਦੇ, ਬੰਦਾ ਤੁਹਾਨੂੰ ਕੁਝ ਨਹੀਂ ਦੇ ਸਕਦਾ, ਇਹਦਾ ਸਿਲਾ ਸਿਰਫ ਰੱਬ ਦੀ ਜ਼ਾਤ ਤੁਹਾਨੂੰ ਦੇਗੀ, ਠੀਕ ਹੈ। ਆਪਣੇ ਰੱਬ ਨੂੰ ਜਨਾਬ ਰਾਜ਼ੀ ਕਰਨ ਵਾਸਤੇ ਆਪਣੇ ਰਿਸ਼ਤਿਆਂ ਦਾ ਇਹਤਰਾਮ ਕਰਿਆ ਕਰੋ, ਆਪਣੇ ਭੈਣਾਂ ਭਰਾਵਾਂ ਨੂੰ ਸਹੀ ਗੱਲ ਹੈ। ਅੱਛਾ ਇੱਕ ਹੋਰ ਚੀਜ਼, ਕਿਸੇ ਕੋਲ ਮਾਫ਼ੀ ਮੰਗ ਲੈਣ ਦਾ ਮਤਲਬ ਇਹ ਨਹੀਂ
ਕਿਸੇ ਕੋਲ ਮਾਫ਼ੀ ਮੰਗਣ ਦਾ ਮਤਲਬ ਇਹ ਨਹੀਂ ਕਿ ਬਈ ਮਸਲਨ ਉਹ ਸੱਚਾ ਹੈ ਅਤੇ ਤੁਸੀਂ ਝੂਠੇ ਹੋ, ਨਾ ਨਾ ਨਾ। ਮਾਫ਼ੀ ਮੰਗਣ ਦਾ ਮਤਲਬ ਇਹ ਹੈ ਕਿ ਉਹਦੀ ਨਿਸਬਤ ਤੁਹਾਡੇ ਅੰਦਰ ਰਿਸ਼ਤਾ ਨਿਭਾਉਣ ਦੀ ਤਾਕਤ ਜ਼ਿਆਦਾ ਹੈ, ਉਹਦੀ ਨਿਸਬਤ ਤੁਹਾਨੂੰ ਰਿਸ਼ਤੇ ਦਾ ਦਰਦ ਜ਼ਿਆਦਾ ਹੈ, ਉਹਦੀ ਨਿਸਬਤ ਤੁਸੀਂ ਖਿੱਚ ਜ਼ਿਆਦਾ ਕਰਦੇ ਹੋ। ਨਾ ਕਰੇ ਵਫਾ, ਉਹ ਆਪਣੇ ਹਿਸਾਬ 'ਤੇ ਰੱਖੀ ਰੱਖੇ, ਤੁਸੀਂ ਆਪਣੇ ਹਿਸਾਬ 'ਤੇ ਰੱਖੀ ਰੱਖੋ, ਕਦੇ ਤਾਂ ਸ਼ਰਮ ਆਵੇ ਦਾ ਇਸ ਨੂੰ, ਠੀਕ ਹੈ। ਆਪਣੇ ਵੱਲੋਂ ਤੁਸੀਂ ਨਾ ਮਹਿਸੂਸ ਨਾ ਹੋਣ ਦਿਓ। ਗੁਜ਼ਾਰਿਸ਼ ਹੈ ਤੁਹਾਡੇ ਸਾਰੇ ਸੱਜਣਾ ਦੋਸਤਾਂ ਕਿ ਜਿੰਨੀਆਂ ਗੱਲਾਂ ਕੀਤੀਆਂ ਨੇ ਇਹਨਾਂ 'ਤੇ ਗੌਰ ਨਹੀਂ ਛੇੜਾ ਕਰਨਾ, ਇਹਨਾਂ 'ਤੇ ਅਮਲ ਵੀ ਕਰਨਾ, ਠੀਕ ਹੈ। ਅਮਲ ਕਰੋਗੇ ਅਤੇ ਭੈਣ ਹੈ ਤਾਂ ਉਹਨੂੰ ਰਾਜ਼ੀ ਕਰ ਲਓ, ਭਰਾ ਹੈ ਤਾਂ ਉਹਨੂੰ ਰਾਜ਼ੀ ਕਰ ਲਓ, ਠੀਕ ਹੈ। ਜੇ ਰਾਜ਼ੀ ਕਰਨ ਨਾਲ ਅਤੇ ਤੁਹਾਡੇ ਮਾਫ਼ੀ ਮੰਗਣ ਨਾਲ ਤੁਹਾਡਾ ਹੋਇਆ ਕੱਦ ਛੋਟਾ, ਜਾਂ ਹੋ ਗਿਆ ਵਜ਼ਨ ਘੱਟ, ਕੱਸ ਚੜ ਗਈ, ਕੋਈ ਵੀ ਇਹੋ ਜਿਹਾ ਕੰਮ ਹੋਇਆ ਮੈਨੂੰ ਦੱਸਿਓ, ਠੀਕ ਹੈ। ਮੈਂ ਜਨਾਬ ਚੌਧਰੀ ਬਸ਼ੀਰ ਬਾਸਨੀ ਵਾਲਾ ਜਨਾਬ ਜਿੰਨਾ ਹੋ ਸਕਿਆ ਜਨਾਬ ਤੁਹਾਡਾ ਫਿਰ ਤਾਂ ਕਰਾਂਗਾ, ਠੀਕ ਹੈ। ਰੱਬ ਸੋਹਣੇ ਦੀ ਦਾਤ ਜਨਾਬ ਤੁਹਾਨੂੰ ਖੁਸ਼ ਰੱਖੇ, ਗੱਪ ਸ਼ੱਪ ਸੀ ਅਤੇ ਗੱਲਾਂ ਮੇਰੀਆਂ, ਸ਼ੁਕਰ ਤੁਹਾਨੂੰ ਕੋਈ ਚੰਗੀ ਨਾ ਲੱਗੀ ਹੋਵੇ ਤਾਂ ਮਾਜ਼ਰਤ, ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਆਲੇ ਦੁਆਲੇ ਸੱਜਣਾ ਦੋਸਤਾਂ ਦਾ ਖਿਆਲ ਰੱਖਿਆ ਕਰੋ, ਇੱਦਾਂ ਨਾ ਹੀ ਜ਼ਿੰਦਗੀ ਹੈ, ਠੀਕ ਹੈ। ਇਕੱਲੇ ਤੁਸੀਂ ਪੈਸੇ ਦਬਾ ਕੇ ਰੱਖੇ ਨੇ ਸਾਰੇ, ਕਿੱਥੇ ਖੜਨੇ ਜੇ ਜਾਣ ਲੱਗੇ ਤਾਂ ਸ਼ਾਇਦ ਨਾਲ ਜਾਣੀ ਕਿਉਂ ਨਹੀਂ ਨਾ, ਉੱਥੇ ਤਾਂ ਖਾਲ ਮਹਾਲੀ ਜਾਣਾ ਹੈ ਨਾ। ਸਿਕੰਦਰ ਜਿਸ ਤਰ੍ਹਾਂ ਦੁਨੀਆ ਪੂਰੀ ਨੂੰ ਫਤਿਹ ਕੀਤਾ ਅਤੇ ਉਹਨੂੰ ਮਸਲ ਸੱਪ ਲੜ ਗਿਆ ਸੀ ਐਂਡ 'ਤੇ ਆ ਕੇ, ਜੇ ਸੱਪ ਲੜਿਆ ਤਾਂ ਹਕੀਮ ਕੋਲ ਗਿਆ, ਹਕੀਮ ਨੇ ਉਹਨੂੰ ਆਖਿਆ, ਹਕੀਮ ਆਖਿਆ ਬਈ ਤੂੰ ਮਰ ਜਾਣਾ, ਜਿਸ ਉਹਨੇ ਆਖਿਆ ਮੇਰੀ ਇੱਕ ਆਖਰੀ ਖਵਾਹਿਸ਼ ਉਹਨੂੰ ਜ਼ਰੂਰ ਪੂਰਾ ਕਰਨਾ ਜੀ, ਕਿ ਮੇਰੀ ਜਿਹੜੀ ਬਾਹਾਂ ਨੇ ਨਾ, ਈਸਾਈ ਸੀ ਉਹ, ਉਹਨੇ ਕਿ ਮੇਰੀ ਜਿਹੜੀ ਬਾਹਾਂ ਨੇ ਨਾ ਉਹ ਕਫਨ ਤੋਂ ਬਾਹਰ ਕੱਢਣੀਆਂ ਨੇ। ਵਜ੍ਹਾ ਪੁੱਛੀ ਕਿ ਉਹਨੇ ਕਿਹਾ, ਕਿਉਂ ਕਿ ਤਾਂ ਕਿ ਇਹ ਦੱਸਾਂ ਲੋਕਾਂ ਨੂੰ ਕਿ ਮੈਂ ਬੜੀ ਦੁਨੀਆ ਫਤਿਹ ਕੀਤੀ ਹੈ, ਮੈਂ ਬੜੇ ਕੁਛ ਦਾ ਮਾਲਕ ਸੀ, ਲੇਕਿਨ ਮੈਂ ਨਾਲ ਕੁਝ ਨਹੀਂ ਲੈ ਕੇ ਗਿਆ, ਠੀਕ ਹੈ। ਦੁਨੀਆ ਦੀਆਂ ਚੀਜ਼ਾਂ ਦੁਨੀਆ 'ਚ ਛੱਡ ਕੇ ਜਾਣੀਆਂ ਨੇ, ਅਤੇ ਜੇ ਇੱਥੇ ਛੱਡ ਕੇ ਜਾਣੀਆਂ ਨੇ ਤਾਂ ਕਿਉਂ ਨਾ ਬੰਦਾ ਵੰਡ ਕੇ ਖਾਏ, ਕੋਈ ਉਹਨੂੰ ਦੇ, ਕੋਈ ਉਹਨੂੰ ਦੇ, ਵੰਡ ਕੇ ਨਾਲੇ ਦੇ ਚਲੇ ਤੁਸੀਂ ਵੰਡੋ ਦੇ ਨਾ, ਅਤੇ ਲੋਕ ਦੁਆਵਾਂ ਬੜੀਆਂ ਦੇਣ ਦੇ, ਠੀਕ ਹੈ। ਜ਼ਿੰਦਗੀ 'ਚ ਇੱਕ ਵੱਖਰੀ ਜਸ ਆਵੇ ਦੀ, ਠੀਕ ਹੈ। ਵੀਡੀਓ ਲੰਮੀ ਹੁੰਦੀ ਜਾਂਦੀ ਹੈ, ਅਕਸਰ ਤੁਹਾਡੇ ਸ਼ਿਕਵੇ ਹੁੰਦੇ ਨੇ ਭਾਈ ਜੀ ਵੀਡੀਓ ਨਾ ਲੰਮੀ ਕਰਿਆ ਕਰੋ, ਸਰ ਜੀ ਸੋਰੀ ਮਾਜ਼ਰਤ, ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਵੀਡੀਓ ਘੱਟ ਤੋਂ ਘੱਟ ਹੋਣੀ ਚਾਹੀਦੀ, ਠੀਕ ਹੈ ਜੀ। ਇਨਸ਼ਾਅੱਲਾ ਜਨਾਬ ਜ਼ਿੰਦਗੀ ਨੇ ਵਫਾ ਕੀਤੀ, ਇੱਕ ਹੋਰ ਚੰਗੀ ਵੀਡੀਓ ਲੈ ਕੇ ਤੁਹਾਡੇ ਵਾਸਤੇ ਫਿਰ ਹਾਜ਼ਰ ਹੋਵਾਂਗੇ। ਮੈਂ ਜਨਾਬ ਚੌਧਰੀ ਬਸ਼ੀਰ ਪਿੰਡ ਬਾਸ ਰਹੀ ਹਾਂ, ਇਨਸ਼ਾਅੱਲਾ ਫਿਰ ਮਿਲਾਂਗੇ। ਨਦੀ ਕਿਨਾਰੇ ਬੁਲਬੁਲ ਬੈਠੀ ਪੈਨ ਸੁਨਹਿਰੀ ਜੋੜਾ, ਜ਼ਿੰਦਗੀ ਲਈ ਤਾਂ ਫਿਰ ਮਿਲਾਂਗੇ, ਦਿਲ ਨਹੀਂ ਕਰਨਾ ਥੋੜ੍ਹਾ। ਅੱਲਾ ਹਾਫਿਜ਼।